ਭਾਜੀ 100 ਰੁਪਏ ਚ ਐਡਾ ਵੱਡਾ ਝੂਟਾ ਐਡਾ ਮਾਨਾ ਬੱਲੇ ਮੇਲੇ ਵੀ 80 ਰੁਪਏ ਦਿੰਦੇ ਨਾ ਝੂਟਾ ਨਹੀਂ ਭਾਈ ਬੜਾ ਇਹਨਾਂ ਦੇ 100 ਰੁਪਏ ਚ ਬਹੁਤ ਕੁਝ ਕਮਾਉਂਦੇ ਫਿਲਮ ਵੇਖੀ ਨਾਲੇ ਝੂਟਾ ਵੀ ਲਿਆ ਬਹੁਤ ਕੁਝ ਕਮਾਇਆ ਇਹਨਾਂ ਨੇ 100 ਰੁਪਏ ਜਾਂ ਮਜ਼ਾ ਆਇਆ ਹੋਣਾ ਜੇ ਤੁਸੀਂ ਆਉਂਗੇ ਨਾ ਯਾਰ ਪੈਸੇ ਵਸੂਲ ਹੋ ਗਏ ਆ ਪਹਿਲਾਂ ਹੀ ਲੋਈ ਜਾਂਦੇ ਸੀ ਮੈਂ 100 ਰੁਪਏ ਲੈ ਲਿਆ 100 ਰੁਪਏ ਲੈ ਲਿਆ ਤੁਸੀਂ ਜਦੋਂ ਆਉਂਗੇ ਨਾ ਸ਼ੋਅ ਤੇ ਜ਼ਰੂਰ ਵੇਖਿਓ ਕਿਉਂਕਿ ਜੋ ਫੀਲ ਹੁੰਦੀ ਹੈ ਨਾ ਅੰਦਰੋਂ ਆਪਣੇ ਇਤਿਹਾਸ ਬਾਰੇ ਪੁੱਜ ਕਿਵੇਂ ਆ ਵਫਾਦਾਰੀ ਬਲਿਦਾਨ ਅਤੇ ਹਿੰਮਤ ਨਾਲ ਦੇਸ਼ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ ਕਸ਼ਮੀਰ ਪੰਜਾਬ ਅਸਾਮ ਅਰੁਣਾਚਲ ਰਾਜਸਥਾਨ ਅਤੇ ਪੂਰਬੀ ਪਾਕਿਸਤਾਨ ਦੇ ਸਾਡੇ ਨਾਲ ਜੁੜੋ ਭਾਰਤ ਦੇ ਪੂਰਬੀ ਤੱਟ ਅਤੇ ਪੱਛਮੀ ਤੱਟ ਤੇ ਸਾਡੇ ਨਾਲ ਜੁੜੋ ਸਾਰਾ ਗੜੀ ਦੀ ਵੀਰ ਗਾਥਾ ਦੇ ਰਾਹੀਂ ਜਿੱਥੇ ਸਿੱਖ ਰੈਜੀਮੈਂਟ ਦੇ 21 ਵੀਰ ਜਵਾਨਾਂ ਨੇ ਹਜ਼ਾਰਾਂ ਦੀ ਤਾਦਾਦ ਵਿੱਚ ਆਏ ਦੁਸ਼ਮਣਾਂ ਦੇ ਨਾਲ ਜੰਗ ਲੜਦਿਆਂ ਹੋਇਆ ਸ਼ਹਾਦਤ ਦਿੱਤੀ ਅਤੇ ਵਿਸ਼ਵ ਇਤਿਹਾਸ ਵਿੱਚ ਆਪਣਾ ਨਾਂ ਦਰਜ ਕਰਵਾਇਆ ਓਏ ਆ ਕਿਉਂ ਗਾ ਓਏ ਓਏ ਆ ਕੁਰਸੀਆਂ ਲੱਗ ਗਏ ਆ ਡਰਾਈ ਦਿੱਤਾ ਭਰਾ ਮੈਂ ਭਜਾਲ ਆ ਗਿਆ ਭਰਾ ਕੁਰਸੀਆਂ ਹਿਲਦੀਆਂ ਨੇ ਓਏ ਮੈਂ ਡਰ ਗਿਆ ਕਾਫੀ ਤਾਦਾਦ ਵਿੱਚ ਇਕੱਠੇ ਹੋਏ ਤੇ ਉਹਨੇ ਸਰਦਾਰ ਗੁਲ ਬਾਦਸ਼ਾਹ ਨੇ ਆਖਿਆ ਸਾਡੀ ਦੁਸ਼ਮਣੀ ਅੰਗਰੇਜ਼ਾਂ ਨਾਲ ਹੈ ਤੁਹਾਡੇ ਨਾਲ ਨਹੀਂ ਤੁਸੀਂ ਮੈਦਾਨ ਛੱਡ ਦਿਓ ਅਸੀਂ ਤੁਹਾਡੀ ਜਾਨ ਬਖਸ਼ ਦੇਵਾਂਗੇ ਔਰ ਤਨ ਸਾਹਿਬ ਨਾਲ ਗੱਲ ਹੋਈ ਆ ਕੋਈ ਮਦਦ ਨਹੀਂ ਮਿਲ ਸਕਦੀ ਆਖਰੀ ਆਦਮੀ ਆਖਰੀ ਗੋਲੀ ਸਾਡੇ ਕੋਲ 21 ਰਾਈਫਲਾਂ ਤੇ 800 ਗੋਲੀਆਂ ਨੇ ਜਿਸ ਦੇ ਸਾਹਮਣੇ ਦਵਾਰੇ ਦਿਸ ਜਾਏ ਗੋਲੀ ਚਲਾਓ ਜੋ ਬੋਲੇ ਦਿਲ ਖੁਸ਼ ਹੋਣ ਦਿਆ ਜੀ ਕਾਮਯਾਬ ਰਹੀ
ਜਨਵਰੀ 1962 ਵਿਸਾਂਗਲਾ ਦੇ ਬਾਂਧੀ ਨਾਮ ਦੀ ਨੱਲਾ ਤੇ ਲੈਫਟੀਨੈਂਟ ਵਿਕਰਮ ਸਿੰਘ ਅਤੇ ਉਹਨਾਂ ਦੀ ਟੀਮ ਨੇ ਅਸੀਂ ਵੀਰਤਾ ਦਾ ਪਰਿਚੈ ਦਿੱਤਾ। ਦੁਸ਼ਮਣ ਤੇ ਹਮਲਾ ਕਰਕੇ ਉਹਨਾਂ ਨੇ ਨਾ ਸਿਰਫ ਦੁਸ਼ਮਣ ਨੂੰ ਆਪਣੇ ਬੋਸ ਤੇ ਆਣ ਤੇ ਰੋਕਿਆ ਬਲਕਿ ਕਈ ਦੁਸ਼ਮਣ ਸੈਨਿਕਾਂ ਨੂੰ ਵੀ ਮਾਰ ਕੇ ਉਹਨਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ। ਦੁਸ਼ਮਣ ਦੀ ਵੀਰੇ ਆਉਂਦੇ ਹੀ ਭਾਰਤੀ ਟੈਂਕਾਂ ਨੇ ਭਾਰੀ ਗੋਲੀਬਾਰੀ ਸ਼ੁਰੂ ਕਰ ਦਿੱਤੀ। ਭਾਰਤ ਨੇ ਪਾਕਿਸਤਾਨੀ ਵਾਯੂ ਸੈਨਾ ਨੂੰ ਖਦੇੜਿਆ। ਸਨ 1999 ਵਿੱਚ ਪਾਕਿਸਤਾਨ ਸੈਨਿਕਾਂ ਨੇ ਮੁਜਾਹਿਦੀਨ ਦੇ ਬੇਸ ਚ ਲਾਈਨ ਆਫ ਕੰਟਰੋਲ ਨੂੰ ਪਾਰ ਕਰਕੇ ਕਾਰਗਿਲ ਵਿੱਚ ਭਾਰਤ ਦੀ 140 ਚੌਕੀਆਂ ਤੇ ਕਬਜ਼ਾ ਕੀਤਾ ਅਤੇ ਇਸ ਕਰਕੇ ਹੀ ਕਾਰਗਿਲ ਜੰਗ ਦੀ ਸ਼ੁਰੂਆਤ ਹੋਈ। ਦੋਨੋਂ ਦੇ ਅੱਗੇ ਪੀਕ 51-40 ਤੇ ਫਾਇਰਿੰਗ ਜਾਰੀ ਸੀ। Oh!
7D ਨਾ ਸਿਰ ਦਾ ਪੈਸੇ ਕੋਈ ਬਚਨ ਦਿਆ ਵਾ ਓਏ ਆਪਾਂ ਨਹੀਂ ਡਰਦੇ ਜਾਰੇ ਹੁੰਦੇ ਵੇ ਯਾਰ ਓਏ ਆਪਾਂ ਵਧੀਆ yeah.